ਸਤਿ ਸ਼੍ਰੀ ਅਕਾਲ ਜੀ, ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਕੌਰ ਗਿੱਲ। ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ ਤੇ। ਸੰਗਰੂਰ 'ਚ ਰੋਡ ਸ਼ੋਅ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ, ਭਾਜਪਾ ਸਰਕਾਰ ਤੇ ਸਾਦੇ ਜੰਮ ਕੇ ਨਿਸ਼ਾਨੇ। ਪੰਜਾਬ ਫੇਰੀ ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਆਖਰੀ ਰੈਲੀ ਨੂੰ ਹੁਸ਼ਿਆਰਪੁਰ 'ਚ ਕੀਤਾ ਸੰਬੋਧਨ। ਸਰਦੂਲਗੜ੍ਹ 'ਚ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਵਿਸ਼ਾਲ ਰੈਲੀ, ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਮੰਗੀਆਂ ਵੋਟਾਂ। ਸੁਖਪਾਲ ਖਹਿਰਾ ਨੇ ਪੰਜਾਬ ਸਰਕਾਰ ਤੇ ਸਾਦੇ ਨਿਸ਼ਾਨੇ, ਕਿਹਾ ਸੋਸ਼ਲ ਮੀਡੀਆ ਵਟਸਐਪ ਕਰ ਦਿੱਤੀ ਗਈ ਹੈ ਬੰਦ। ਹੁਣ ਖਬਰਾਂ ਵਿਸਥਾਰ ਨਾਲ। ਦਿੱਲੀ ਦੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਸੰਗਰੂਰ ਸ਼ਹਿਰ ਵਿੱਚ ਰੋਡ ਸ਼ੋਅ ਕਰਨ ਪਹੁੰਚੇ, ਜਿੱਥੇ ਅੱਜ ਚੋਣ ਪ੍ਰਚਾਰ ਦੌਰਾਨ ਭਗਵੰਤ ਮਾਨ ਵੱਲੋਂ ਆਪ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਦਾ ਵੇਰਵਾ ਦਿੱਤਾ ਗਿਆ ਤੇ ਉਸਦੇ ਨਾਲ ਹੀ ਭਾਜਪਾ ਸਰਕਾਰ ਤੇ ਤਿੱਖੇ ਨਿਸ਼ਾਨੇ ਸਾਧੇ ਗਏ। ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਮਾਹੌਲ ਕਾਫੀ ਪੱਖਿਆ ਹੋਇਆ ਅਤੇ ਸਿਆਸੀ ਲੀਡਰ ਵੀ ਕਾਫੀ ਸਰਗਰਮ ਨਜ਼ਰ ਆ ਰਹੇ ਨੇ। ਇਸ ਵਿਚਾਲੇ ਸੀਐਮ ਭਗਵੰਤ ਮਾਨ ਨੇ ਬੀਜੇਪੀ ਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ, ਇੱਕ ਸੋਚ ਹੈ। ਸੀਐਮ ਮਾਨ ਨੇ ਕਿਹਾ ਕਿ ਬੀਜੇਪੀ ਸਰਕਾਰ ਕੇਜਰੀਵਾਲ ਨੂੰ ਤਾਂ ਗ੍ਰਿਫਤਾਰ ਕਰਵਾ ਸਕਦੀ ਹੈ, ਪਰ ਉਹਨਾਂ ਦੀ ਸੋਚ ਨੂੰ ਨਹੀਂ। ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ, ਅਰਵਿੰਦ ਕੇਜਰੀਵਾਲ ਇੱਕ ਸੋਚ ਹੈ। ਉਹ ਵਿਅਕਤੀ ਨੂੰ ਤਾਂ ਫੜ ਲਓਗੇ, ਸੋਚ ਨੂੰ ਕਿਵੇਂ ਗ੍ਰਿਫਤਾਰ ਕਰੋਗੇ ਦੱਸਦੇ? ਮੋਦੀ ਉਹਨਾਂ ਦੇ ਆਪਦੇ ਲਾਲੇ ਪੜੇ ਹੈ। ਕਿੱਕਲੀ ਉਹ ਕਿਉਂ ਸੁਣਦੇ ਹੋ? ਕਿੱਕਲੀ ਉਹਨਾਂ ਦੀ ਜਾਨ ਪਈ ਆ, ਨਿਕਲੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ, ਵੋਟ ਕੋਈ ਥਾਵੇ ਨਾ, ਉੱਡੇ ਮੱਖੀ ਨਾ ਪਿੰਡੇ ਤੋਂ, ਸੌ ਲੱਗੇ ਸੀਟ ਫਸ ਗਈ ਬਠਿੰਡੇ ਤੋਂ। ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ। ਰਿਸ਼ਵਤ ਖੋਰਾਂ ਨੂੰ ਕੋਈ ਢਿੱਲ ਨੀ, ਬਿਜਲੀ ਦਾ ਕੋਈ ਬਿੱਲ ਨੀ, ਕੱਸੀਆਂ ਸੂਹਾਂ 'ਚ ਪਾਣੀ ਹੈ, ਉਹ ਨੌਕਰੀਆਂ ਦੇਣ ਵਾਲੀ ਤਾਂ ਲੰਬੀ ਕਹਾਣੀ ਹੈ। ਲੋਕ ਉਦੋਂ ਸਾਨੂੰ ਚਾਹੁੰਦੇ ਸੀ, ਜਦੋਂ ਵੱਡੇ ਬਾਦ ਸਾਹਿਬ ਚਾਹੁੰਦੇ ਸੀ। ਉਹ ਤੋਂ ਬਾਅਦ ਸਮਝ ਹੀ ਨਾ ਸੋਚੀ ਹੈ, ਅਕਾਲੀ ਦਲ ਦੀ ਫੱਟੀ ਫਿਰ ਚੀਜੇ ਸਾਲੇ ਨੇ ਪਹੁੰਚੀ ਹੈ। ਲੋਕ ਕਹਿੰਦੇ ਰੱਜੇ ਪੁੱਜੇ, ਪਰ ਅਸੀਂ ਬੜੇ ਭੁੱਖੜ ਵੇ। ਤਿੰਨ ਚਾਰ ਦਿਨ ਪਹਿਲਾਂ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜ ਵੇ। ਮੇਰਾ ਸੁੱਕੀ ਜਾਏ ਖੂਨ ਵੇ, ਨਾਲੇ ਉੱਡੀ ਜਾਏ ਸਕੂਨ ਵੇ, ਜਿਉਂ ਜਿਉਂ ਨੇੜੇ ਆਈ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ। ਅਸੀਂ ਮੌਜ ਬੜੀ ਲੁੱਟੀ ਹੈ, ਘੁੱਗੀ ਛਿੱਤਰ ਨਾਲ ਕੁੱਟੀ ਹੈ, ਪਰ ਸਾਡੀ ਜੜ ਹੁਣ ਮਾਨ ਸਤੋਜ ਵਾਲੇ ਨੇ ਪੁੱਟੀ ਹੈ। ਲਓ ਫਿਰ ਸੰਗਰੂਰ ਵਾਲਿਓ, 4 ਤਰੀਕ ਨੂੰ ਅਕਾਲੀ ਦਲ ਦੀ ਪੰਜਾਬ ਦੀ ਰਾਜਨੀਤੀ ਚੋਂ ਸਦਾ ਲਈ ਸੀਐਮ ਮਾਨ ਵੱਲੋਂ ਜਿੱਥੇ ਬੀਜੇਪੀ ਤੇ ਨਿਸ਼ਾਨੇ ਸਾਧੇ ਗਏ, ਉੱਥੇ ਹੀ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਬੀਜੇਪੀ ਸੀਐਮ ਮਾਨ ਦੇ ਬਿਆਨ ਤੇ ਕੀ ਪਲਟਵਾਰ ਕਰਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਚੋਣਾਂ 2024 ਦੀ ਆਖਰੀ ਰੈਲੀ ਨੂੰ ਸੰਬੋਧਨ ਕਰਨ ਲਈ ਪੰਜਾਬ ਪਹੁੰਚੇ। ਇਹ ਫਤਿਹ ਰੈਲੀ ਪੰਜਾਬ ਦੇ ਹੁਸ਼ਿਆਰਪੁਰ ਦੇ ਵਿੱਚ ਕੀਤੀ ਗਈ। ਭਾਜਪਾ ਨੇ ਹੁਸ਼ਿਆਰਪੁਰ ਤੋਂ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਨੂੰ ਉਮੀਦਵਾਰ ਬਣਾਇਆ। ਪੀਐਮ ਨੇ ਕਿਹਾ ਕਿ 125 ਦਿਨਾਂ ਵਿੱਚੋਂ 25 ਦਿਨ ਵਿਸ਼ੇਸ਼ ਨੌਜਵਾਨਾਂ ਲਈ ਹੋਣਗੇ। ਲਏ ਜਾਣ ਵਾਲੇ ਵੱਡੇ ਫੈਸਲਿਆਂ ਲਈ ਸਾਰੀਆਂ ਯੋਜਨਾਵਾਂ ਤਿਆਰ ਕਰ ਲਈਆਂ ਗਈਆਂ ਨੇ। ਮੋਦੀ ਨੇ ਕਿਹਾ ਐਨਡੀ ਗਠਜੋੜ ਨੇ ਦੇਸ਼ ਦਾ ਬਹੁਤ ਨੁਕਸਾਨ ਕੀਤਾ। ਵੰਡ ਵੇਲੇ ਕਾਂਗਰਸੀ ਲੋਕ ਕਰਤਾਰਪੁਰ ਸਾਹਿਬ ਦੇ ਆਪਣਾ ਹੱਕ ਨਹੀਂ ਜਤਾ ਸਕੇ। ਵੋਟ ਬੈਂਕ ਕਾਰਨ ਰਾਮ ਮੰਦਿਰ ਦਾ ਵਿਰੋਧ ਕਰਦੇ ਰਹੇ। ਅੱਜ ਕੱਲ੍ਹ ਅਸੀਂ ਸੰਵਿਧਾਨ ਦੀ ਰਾਖੀ ਦੀ ਗੱਲ ਕਰਦੇ ਹਾਂ।
ਇਹ ਉਹ ਲੋਕ ਹਨ ਜਿਨ੍ਹਾਂ ਨੇ ਸੰਵਿਧਾਨ ਨੂੰ ਨੁਕਸਾਨ ਪਹੁੰਚਾਇਆ। ਉੱਥੇ ਹੀ 1984 ਵਿੱਚ ਸਿੱਖਾਂ ਦਾ ਕਤਲੇਆਮ ਹੋਇਆ। ਮੋਦੀ ਰਖਵਾਕਰਨ ਖਤਮ ਨਹੀਂ ਹੋਣ ਦੇਣਗੇ। ਰਖਵਾਕਰਨ ਸੰਬੰਧੀ ਉਹਨਾਂ ਦੇ ਇਰਾਦੇ ਖਤਰਨਾਕ ਹਨ। ਉਹ SC ST ਅਤੇ OBC ਤੋਂ ਰਖਵਾਕਰਨ ਖੋਹ ਕੇ ਮੁਸਲਮਾਨਾਂ ਨੂੰ ਦੇਣਗੇ। ਕਾਂਗਰਸ ਔਰ ਇੰਡੀ ਗਠਬੰਧਨ ਕੀ ਸਵਾਰਥ ਕੀ ਰਾਜਨੀਤੀ, ਵੋਟ ਬੈਂਕ ਕੀ ਰਾਜਨੀਤੀ ਨੇ ਦੇਸ਼ ਕਾ ਬਹੁਤ ਨੁਕਸਾਨ ਕੀਆ ਹੈ। ਇਨਕਾ ਵੋਟ ਬੈਂਕ, जो वोट बैंक के प्रति उनका प्यार था कि बंटवारे के समय के हमारे करतारपुर साहिब पर भारत का अधिकार नहीं जता पाए, यही लोग हैं जो अपने वोट बैंक के लिए लगातार राम मंदिर का विरोध करते रहे। अपनी तुष्टीकरण की इसी राजनीति की वजह से इंडी गठबंधन CAA का भी विरोध कर रहा है। साथियों, आजकल देश के लोग इंडी गठबंधन वालों से संविधान की रट सुन रहे हैं। ये वो लोग हैं जिन्होंने इमरजेंसी में संविधान का गला गौंड दिया था। जब 84 के दंगों में सिखों के गले में टायर बांधकर जलाया जा रहा था तो इन्हें संविधान की नहीं सूझी। साथियों, मोदी ने एक संकल्प लिया है कि वो दलितों, पिछड़ों, आदिवासियों का आरक्षण किसी को भी छीनने नहीं देगा। अपनी सरकार के 10 साल में मैंने लगातार SC ST OBC के आरक्षण की रक्षा की है। ये कांग्रेस और इंडी गठबंधन वाले मेरी इस कोशिश से भी भड़के हुए हैं। दरअसल आरक्षण को लेकर इनके खुद के इरादे बहुत खतरनाक है। इनका पूरा ट्रैक रिकॉर्ड SC ST OBC का आरक्षण छीनने का रहा है। ਜ਼ਿਕਰ ਯੋਗ ਹੈ ਕਿ ਇਸ ਤੋਂ ਪਹਿਲਾਂ ਮੋਦੀ ਪੰਜਾਬ ਦੇ ਪਟਿਆਲਾ, ਜਲੰਧਰ ਅਤੇ ਗੁਰਦਾਸਪੁਰ ਵਿੱਚ ਰੈਲੀਆਂ ਕਰ ਚੁੱਕੇ ਹਨ। ਹੁਣ ਇਸ ਆਖਰੀ ਰੈਲੀ ਤੋਂ ਬਾਅਦ ਦੇਖਣਾ ਹੋਵੇਗਾ ਕਿ ਭਾਜਪਾ ਦੀ ਸਰਕਾਰ ਦਾ ਚੋਣਾਂ ਰਾਹੀਂ ਕੀ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਸਰਦੂਲਗੜ੍ਹ ਵਿਖੇ ਵਿਸ਼ਾਲ ਰੈਲੀ ਕੀਤੀ ਗਈ, ਜਿੱਥੇ ਅਕਾਲੀ ਪ੍ਰਧਾਨ ਬਾਦਲ ਵੱਲੋਂ ਲੋਕਾਂ ਤੇ ਭਾਰੀ ਇਕੱਠ ਨੂੰ ਸੰਬੋਧਨ ਕੀਤਾ ਗਿਆ ਤੇ ਆਪ ਤੇ ਤਿੱਖੇ ਨਿਸ਼ਾਨੇ ਸਾਧੇ ਗਏ। ਉਹਨਾਂ ਦੀ ਸਰਕਾਰ ਆਉਣ ਤੇ ਪੰਜਾਬ 'ਚ ਨਸ਼ੇ ਦਾ ਖਾਤਮਾ ਕਰਨ ਦੀ ਵੀ ਗੱਲ ਆਖੀ ਗਈ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਪਾਰੀ ਵੱਲੋਂ ਵੱਖ ਵੱਖ ਵਾਅਦੇ ਕੀਤੇ ਜਾ ਰਹੇ ਨੇ। ਇਸ ਵਿਚਾਲੇ ਸੁਖਬੀਰ ਬਾਦਲ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਹਿਲੀ ਕੈਬਨਿਟ ਮੀਟਿੰਗ 'ਚ ਹੀ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਤੇ ਸ਼ਿਕੰਜਾ ਕਸਣ ਲਈ ਫਾਂਸੀ ਦਾ ਕਾਨੂੰਨ ਬਣੇਗਾ। ਜੇਕਰ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਨਸ਼ੇ ਵੇਚਣ ਵਾਲਿਆਂ ਤੇ ਗੈਂਗਸਟਰਾਂ ਖਿਲਾਫ਼ ਫਾਂਸੀ ਦਾ ਕਾਨੂੰਨ ਬਣੇਗਾ। ਇਸ ਦੇ ਲਈ ਸਪੈਸ਼ਲ ਕੋਰਟ ਬਣਾਏ ਜਾਣਗੇ ਜੋ 6 ਮਹੀਨਿਆਂ ਦੇ ਅੰਦਰ ਹੀ ਆਪਣਾ ਫੈਸਲਾ ਸੁਣਾਉਣਗੇ।
ਇਸ ਦੇ ਨਾਲ ਹੀ ਸੁਖਬੀਰ ਬਾਦਲ ਨੇ ਕਿਹਾ ਨਸ਼ਾ ਵੇਚਣ ਵਾਲਿਆਂ ਤੇ ਗੈਂਗਸਟਰਾਂ ਦੀ ਸਾਰੀ ਜਾਇਦਾਦ ਸਰਕਾਰ ਵੱਲੋਂ ਜ਼ਬਤ ਕੀਤੀ ਜਾਵੇਗੀ ਅਤੇ ਪੰਜਾਬ ਨੂੰ ਅਪਰਾਧੀਆਂ ਤੋਂ ਮੁਕਤ ਕੀਤਾ ਜਾਵੇਗਾ। ਅਕਾਲੀ ਦਲ ਦੀ ਸਰਕਾਰ 'ਚ ਕਿਸੇ ਦੀ ਵੀ ਨਸ਼ੇ ਵੇਚਣ ਦੀ ਜਾਂ ਫਿਰ ਕਿਸੇ ਤੋਂ ਫਿਰੌਤੀ ਮੰਗਣ ਦੀ ਹਿੰਮਤ ਨਹੀਂ ਹੋਵੇਗੀ। ਬਾਈਟ ਲਾ ਦਿਓ ਸਰ। ਪਰਮਾਤਮਾ ਮਿਹਰ ਕਰੇ ਸਾਡੀ, ਤੁਸੀਂ ਆਪਣੀ ਸਰਕਾਰ ਅਕਾਲੀ ਦਲ ਦੇ ਲਿਆਓ। ਪਹਿਲੀ ਕੈਬਨਿਟ ਮੀਟਿੰਗ 'ਚ ਮੈਂ ਕਾਨੂੰਨ ਬਣਾਉਂਗਾ ਕਿ ਸਜ਼ਾ ਨਸ਼ਾ ਵੇਚਣ ਵਾਲੇ ਨੂੰ ਫਾਂਸੀ ਦੀ ਹੋਊਗੀ, ਫਾਂਸੀ ਦੀ ਸਜ਼ਾ ਜਿਹੜਾ ਨਸ਼ਾ ਵੇਚੂਗਾ, ਤੇ ਸਪੈਸ਼ਲ ਕੋਰਟ ਬਣਾਏ ਜਾਣਗੇ, ਕਚਹਿਰੀਆਂ ਸਪੈਸ਼ਲ ਬਣਾਈਆਂ ਜਾਣਗੀਆਂ ਜਿੱਥੇ ਇਕੱਲੇ ਕੇਸ ਨਸ਼ੇ ਵੇਚਣ ਵਾਲੇ ਦੇ ਹੋਣਗੇ ਤੇ ਨਾਲ ਦੇ ਨਾਲ 6 ਮਹੀਨਿਆਂ ਦੇ ਅੰਦਰ ਫੈਸਲਾ ਕਰਕੇ ਉਹਨੂੰ ਕੰਮ ਦਿੱਤਾ ਜਾਊਗਾ। ਨਾਲੇ ਉਹਦੀ ਕਾਨੂੰਨ ਬਣਾਵਾਂਗੇ ਕਿ ਉਸ ਪਰਿਵਾਰ ਦੀ ਸਾਰੀ ਜ਼ਮੀਨ ਜਾਇਦਾਦ ਸਰਕਾਰ ਟੇਕ ਓਵਰ ਕਰ ਲਊਗੀ, ਉਹਨਾਂ ਕੋਲੇ ਪਰਿਵਾਰ ਕੋਲੇ ਵੀ ਕੁਛ ਰਹਿਣ ਨਹੀਂ। ਲੋਕ ਸਭਾ ਚੋਣਾਂ ਤੋਂ ਪਹਿਲਾਂ ਜਿੱਥੇ ਹਰ ਇੱਕ ਪਾਰਟੀ ਆਪਣੀ ਜਿੱਤ ਦਾ ਦਾਅਵਾ ਕਰ ਰਹੀ ਹੈ ਤਾਂ ਉੱਥੇ ਹੀ ਪਤਾ ਤਾਂ ਉਦੋਂ ਲੱਗੇਗਾ ਜਦੋਂ 4 ਜੂਨ ਨੂੰ ਨਤੀਜੇ ਨਿਕਲ ਕੇ ਸਾਹਮਣੇ ਆਉਣਗੇ। ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਖਹਿਰਾ ਦਾ ਸੋਸ਼ਲ ਮੀਡੀਆ ਅਕਾਊਂਟ ਵਟਸਐਪ ਬੰਦ ਹੋ ਚੁੱਕਿਆ ਹੈ, ਜਿਸ ਨੂੰ ਲੈ ਕੇ ਉਹਨਾਂ ਵੱਲੋਂ ਪੰਜਾਬ ਸਰਕਾਰ ਤੇ ਇਲਜ਼ਾਮ ਲਗਾਏ ਜਾ ਰਹੇ ਨੇ। ਖਹਿਰਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਜਾਣ ਬੁੱਝ ਕੇ ਇਹੋ ਜਿਹਾ ਕਰ ਰਹੀ ਹੈ ਕਿਉਂਕਿ ਉਹ ਆਪਣੀ ਹਾਰ ਮੰਨ ਚੁੱਕੇ ਨੇ। ਪੰਜਾਬ 'ਚ ਹੋਣ ਜਾ ਰਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਲਗਾਤਾਰ ਵੱਧਦਾ ਜਾ ਰਿਹਾ ਹੈ। ਜਿੱਥੇ ਪਾਰਟੀ ਵੱਲੋਂ ਜੱਦੋਜਹਿਦ ਕੀਤੀ ਜਾ ਰਹੀ ਹੈ ਉੱਥੇ ਹੀ ਇੱਕ ਦੂਜੇ ਨੂੰ ਤੰਜ ਵੀ ਕਸੇ ਜਾ ਰਹੇ ਨੇ। ਹੁਣ ਇਸੀ ਤੇ ਚੱਲਦੇ ਸੁਖਪਾਲ ਖਹਿਰਾ ਦਾ ਵਟਸਐਪ ਅਕਾਊਂਟ ਜਿਹੜਾ ਉਹ ਬੰਦ ਹੋ ਚੁੱਕਿਆ। ਸੁਖਪਾਲ ਖਹਿਰਾ ਦਾ ਵਟਸਐਪ ਅਕਾਊਂਟ ਬੰਦ ਹੋਣ ਤੋਂ ਬਾਅਦ ਉਹਨਾਂ ਵੱਲੋਂ ਸਰਕਾਰ ਤੇ ਗੰਭੀਰ ਇਲਜ਼ਾਮ ਵੀ ਲਾਏ ਗਏ ਨੇ। ਖਹਿਰਾ ਦਾ ਕਹਿਣਾ ਹੈ ਕਿ ਭਗਵੰਤ ਮਾਨ ਉਹਨਾਂ ਦੇ ਨਾਂ ਤੇ ਧੂੜਤਾੜ ਚੋਣ ਪ੍ਰਚਾਰ ਤੋਂ ਇੰਨਾ ਡਰ ਗਏ ਨੇ ਕਿ ਉਹਨਾਂ ਨੇ ਖਹਿਰਾ ਦਾ ਵਟਸਐਪ ਅਕਾਊਂਟ ਹੀ ਬੰਦ ਕਰਵਾ ਦਿੱਤਾ। ਸੁਖਪਾਲ ਖਹਿਰਾ ਦਾ ਇਹ ਸਵਾਲ ਹੈ ਕਿ ਕੀ ਅਸੀਂ ਆਜ਼ਾਦ ਪੰਜਾਬ ਵਿੱਚ ਹੀ ਰਹਿ ਰਹੇ ਹਾਂ? ਹੋਰ ਕੀ ਕੁਛ ਕਿਹਾ ਖਹਿਰਾ ਨੇ, ਆਓ ਸੁਣਦੇ ਹਾਂ। ਭਗਵੰਤ ਮਾਨ ਦੀ ਸਰਕਾਰ, ਕੇਜਰੀਵਾਲ, ਅਖੌਤੀ, ਫਰਜੀ, ਇਨਕਲਾਬੀ ਇੰਨੇ ਘਬਰਾ ਗਏ ਨੇ ਸਾਡੇ ਸੰਗਰੂਰ ਦੇ ਚੋਣ ਪ੍ਰਚਾਰ ਤੋਂ ਕਿ ਉਹਨਾਂ ਨੇ ਸ਼ਿਕਾਇਤਾਂ ਕਰ ਕਰਕੇ ਪਰਸੋਂ ਸ਼ਾਮ ਦਾ ਮੇਰਾ ਵਟਸਐਪ ਬੰਦ ਕਰਵਾ ਦਿੱਤਾ, ਤੁਸੀਂ ਦੇਖ ਸਕਦੇ ਹੋ। ਔਰ ਵਟਸਐਪ ਇੱਕ ਬਹੁਤ ਇੰਪੋਰਟੈਂਟ ਮਾਧਿਅਮ ਹੈ ਜਿਹਦੇ ਨਾਲ ਅਸੀਂ ਲੋਕਾਂ ਤੱਕ ਪਹੁੰਚਦੇ ਹਾਂ, ਬਹੁਤ ਸਾਰੀ ਇਨਫੋਰਮੇਸ਼ਨ ਮੇਰੇ ਕੋਲ ਆਉਂਦੀ ਹੈ। ਮੈਂ ਤਾਂ ਸਿਰਫ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੇਜਰੀਵਾਲ ਔਰ ਭਗਵੰਤ ਮਾਨ ਅਕਸਰ ਇਹ ਸਾਰੀਆਂ ਗੱਲਾਂ ਇਲਜ਼ਾਮ ਮੋਦੀ ਦੀ ਬੀਜੇਪੀ ਸਰਕਾਰ ਤੇ ਲਾਉਂਦੇ ਨੇ। ਇਸ ਦੇਸ਼ 'ਚ ਆਜ਼ਾਦੀ ਨਹੀਂ ਹੈ, ਮੀਡੀਆ ਆਜ਼ਾਦ ਨਹੀਂ ਹੈ। ਤੁਸੀਂ ਪੰਜਾਬ ਦੇ ਵਿੱਚ ਉਹ ਗਦਰ ਮਚਾਇਆ ਨਾ, ਸਾਰਾ ਪੰਜਾਬ ਦਾ ਜਿਹੜਾ ਔਰਗੈਨਿਕ ਇੰਡੀਪੈਂਡੈਂਟ ਮੀਡੀਆ, ਜਾਂ ਤਾਂ ਤੁਸੀਂ ਉਹਨਾਂ ਤੇ ਕੇਸ ਰਜਿਸਟਰ ਕਰਾ ਕੇ, ਪਰਚੇ ਦਰਜ ਕਰਾ ਕੇ ਜਰਨਲਿਸਟਾਂ ਤੇ ਉੱਤੇ, ਜਿਵੇਂ ਕਿ ਦਸਤਾਵੇਜ਼ ਵਾਲੇ ਦੇ ਪਿੱਛੇ ਰਜਿੰਦਰ ਟੱਗਰ ਤੇ ਕੀਤਾ, ਅਤੇ ਉਹਨਾਂ ਦੇ ਸਾਰੇ ਅਕਾਊਂਟਸ ਬੰਦ ਕਰਾਏ ਫੇਸਬੁੱਕ ਤੇ, ਟਵਿੱਟਰ ਤੇ, ਇੰਸਟਾਗ੍ਰਾਮ ਤੇ। ਔਰ ਹੁਣ ਤੁਸੀਂ ਇਸ ਕੋਝੀ ਹਰਕਤ ਤੇ ਆ ਗਏ ਹੋ ਕਿ ਤੁਸੀਂ ਹੁਣ ਸਾਡੇ ਆਪਣੇ ਵਿਰੋਧੀ ਦਾ ਵਟਸਐਪ ਵੀ ਬੰਦ ਕਰਾਤਾ। ਮੇਰੇ ਕੋਲ ਮੇਰੀਆਂ ਬ੍ਰੌਡਕਾਸਟ ਲਿਸਟਾਂ ਸੀ, ਮੈਂ ਮੀਡੀਆ ਤੱਕ ਨਹੀਂ ਪਹੁੰਚ ਸਕ ਰਿਹਾ। ਮੇਰੇ ਕੋਲ 5,000 ਆਦਮੀ ਦੇ ਗਰੁੱਪਸ ਬਣੇ ਹੋਏ ਨੇ, ਜਿਹੜੇ ਬ੍ਰੌਡਕਾਸਟ ਲਿਸਟ, ਜਿਹਦੇ ਨਾਲ ਮੈਂ ਸਾਰੀ ਆਊਟਰੀਚ ਮੇਰੀ ਆ, ਉਹ ਪਰਸੋਂ ਸ਼ਾਮ ਦੀ ਬੰਦ। ਪਹਿਲਾਂ ਮੈਂ ਸੋਚਿਆ ਕਿ ਰੂਟੀਨ ਹੈ, ਸ਼ਾਇਦ ਦੁਬਾਰਾ ਚਲਾ ਦੇਣਗੇ। ਅਸੀਂ ਈਮੇਲ ਵੀ ਕੀਤੀ, ਅਸੀਂ ਉਹਨਾਂ ਨਾਲ ਕੰਟੈਕਟ ਵੀ ਕੀਤਾ, ਲੇਕਿਨ ਮੇਰਾ ਵਟਸਐਪ ਉਹਨਾਂ ਨੇ ਫੋਰ ਅਨਨੋਨ ਰੀਜ਼ਨਸ ਕਿ ਸਾਡੀ ਪਾਲਿਸੀ ਦੇ ਮੁਤਾਬਕ ਤੁਹਾਡਾ ਵਟਸਐਪ ਨਹੀਂ ਚੱਲ ਰਿਹਾ। ਐਨ ਇਲੈਕਸ਼ਨ ਦੇ ਪੋਲਿੰਗ ਤੋਂ 2 ਦਿਨ ਬੰਦ ਕਰਾਉਣ ਤੋਂ ਪਹਿਲਾਂ, ਇਹਦਾ ਮਤਲਬ ਇਹਨਾਂ ਨੇ ਆਪਣੀ ਹਾਰ ਸਵੀਕਾਰ ਕਰ ਲਈ ਆ। ਹੁਣ ਇੰਨੇ ਹਿੱਲ ਗਏ ਨੇ ਕਿ
ਆਪਣੇ ਵਿਰੋਧੀਆਂ ਦੇ ਸੋਸ਼ਲ ਮੀਡੀਆ ਵਟਸਐਪ ਗਰੁੱਪਾਂ ਤੇ ਵੀ ਅਟੈਕ ਕਰਨਾ ਸ਼ੁਰੂ ਕਰਤਾ ਤੇ ਫਿਰ ਤੁਹਾਡੇ ਵਿੱਚ ਤੇ ਮੋਦੀ ਤੇ ਬੀਜੇਪੀ ਤਾਨਾਸ਼ਾਹ ਚ ਕੀ ਫਰਕ ਆ? ਹੁਣ ਦੇਖਣਾ ਹੋਵੇਗਾ ਕਿ ਸੁਖਪਾਲ ਖਹਿਰਾ ਦਾ ਵਟਸਐਪ ਅਕਾਊਂਟ ਬੰਦ ਹੋਣ ਤੋਂ ਬਾਅਦ ਜੋ ਇਲਜ਼ਾਮ ਉਹਨਾਂ ਵੱਲੋਂ ਭਗਵੰਤ ਮਾਨ ਦੀ ਸਰਕਾਰ ਤੇ ਲਾਏ ਗਏ ਨੇ ਉਸਦਾ ਕੀ ਪਲਟਵਾਰ ਆਉਂਦਾ ਹੈ? ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮਜੀਤ ਸਿੰਘ ਮਜੀਠੀਆ ਨੇ ਅੱਜ ਇੱਕ ਵਾਰ ਫਿਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਿਆ ਤੇ ਜੰਮ ਕੇ ਨਿਸ਼ਾਨੇ ਸਾਧੇ ਨੇ ਅਤੇ ਇਸ ਦੌਰਾਨ ਮਜੀਠੀਆ ਨੇ ਮੰਤਰੀ ਬਲਕਾਰ ਸਿੰਘ ਤੇ ਕਟਾਰੂ ਚੱਕ ਦੀ ਅਸ਼ਲੀਲ ਵੀਡੀਓ ਵਾਇਰਲ ਹੋਣ ਤੇ ਵੀ ਤੰਜ ਕੱਸੇ ਨੇ। ਸਰਦੂਲਗੜ੍ਹ ਵਿਖੇ ਅਕਾਲੀ ਦਲ ਦੀ ਰੈਲੀ ਨੂੰ ਸੰਬੋਧਨ ਕਰ ਰਹੇ ਬਿਕਰਮ ਮਜੀਠੀਆ ਨੇ ਕਿਹਾ ਕਿ ਭਗਵੰਤ ਮਾਨ ਆਪਣੇ ਮੰਤਰੀਆਂ ਬਲਕਾਰ ਸਿੰਘ ਅਤੇ ਕਟਾਰ ਚੁੱਕ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹਨਾਂ ਦੋਵਾਂ ਮੰਤਰੀਆਂ ਦੀਆਂ ਅਸ਼ਲੀਲ ਵੀਡੀਓ ਵਾਇਰਲ ਹੋ ਰਹੀਆਂ ਹਨ। ਇਹ ਮੰਤਰੀ ਆਪਣੇ ਕੋਲ ਨੌਕਰੀ ਮੰਗਣ ਲਈ ਆਉਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਦਾ ਸ਼ੋਸ਼ਣ ਕਰ ਰਹੇ ਹਨ। ਇਹਨਾਂ ਦੀਆਂ ਕਰਤੂਤਾਂ ਜਗਜਾਹਰ ਹਨ, ਪਰ ਭਗਵੰਤ ਮਾਨ ਅੱਖਾਂ ਮੀਚੀ ਬੈਠੇ ਹਨ। ਮਜੀਠੀਆ ਨੇ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਲੀਡਰਾਂ ਤੋਂ ਬਚ ਕੇ ਰਹਿਣ ਦੀ ਸਲਾਹ ਦਿੱਤੀ ਹੈ। ਸਾਧ ਸੰਗਤ ਜੀ, ਇੱਥੇ ਆਉਣ ਤੋਂ ਪਹਿਲਾਂ ਮੈਂ ਇੱਕ ਟਵੀਟ ਕੀਤੀ ਆ, ਵਿੱਚ ਭਗਵੰਤ ਮਾਨ ਦੀ ਫੋਟੋ ਤੇ ਇੱਕ ਪਾਸੇ ਬਲਕਾਰ ਸਿੰਘ ਦੀ ਤੇ ਦੂਜੇ ਪਾਸੇ ਕਟਾਰੂ ਚੱਕ ਦੀ, ਤੇ ਥੱਲੇ ਮੈਂ ਚਾਰ ਲਾਈਨਾਂ ਲਿਖੀਆਂ ਨੇ ਕਿ ਭੈੜੇ ਭੈੜੇ ਯਾਰ ਮੇਰੀ ਫੱਤੋ ਦੇ। ਲੋਕ ਵਜ਼ੀਰਾਂ ਕੋਲ ਜਾਂਦੇ ਨੇ, ਇਹ ਵਜ਼ੀਰ ਲੋਕਾਂ ਨੇ ਬਣਾਏ ਨੇ, ਕੋਈ ਉੱਤੋਂ ਨਹੀਂ ਡਿੱਗੇ। ਔਰ ਜੇ ਕੋਈ ਮਾਨ ਨਾਲ ਆਪਦੀ ਮੁਸ਼ਕਲਾਤਾਂ ਲੈ ਕੇ ਵਜ਼ੀਰ ਕੋਲ ਜਾਵੇ ਔਰ ਵਜ਼ੀਰ ਅੱਗੇ ਉਹ ਉਸ ਧੀ ਭੈਣ ਨਾਲ ਬਦਸਲੂਕੀ ਕਰੇ, ਉਹਦੀ ਮਜਬੂਰੀ ਦਾ ਫਾਇਦਾ ਉਠਾਵੇ, ਸਾਧ ਸੰਗਤ ਜੀ ਕਿ ਤੁਸੀਂ ਮਾਫ ਕਰ ਸਕਦੇ ਹੋ ਕਿ ਨਹੀਂ ਕਰੋਗੇ, ਦੱਸੋ ਮੈਨੂੰ। ਜੇ ਕੋਈ ਨੌਜਵਾਨ ਐਸੀ ਬੱਚਾ ਆਪਦੀ ਪਰਿਵਾਰਕ ਮਜਬੂਰੀ ਕਰਕੇ ਕਟਾਰੂ ਚੱਕ ਵਰਗੇ ਕੋਲ ਜਾਵੇ ਤੇ ਉਹਦੇ ਸ਼ੋਸ਼ਣ ਕਰੇ ਕਿ ਤੁਸੀਂ ਮਾਫ ਕਰੋਗੇ ਕਿ ਨਹੀਂ ਕਰੋਗੇ? ਮੇਰੇ ਵੀਰੋ, ਅੱਜ ਇਸ ਧਰਤੀ ਨੇ, ਇਹ ਧਰਤੀ ਤੁਹਾਡੇ ਤੋਂ ਇਹ ਪੁਕਾਰਦੀ ਹੈ ਕਿ ਮੇਰੇ ਵੀਰੋ, ਧੋਖਾ ਇੱਕ ਵਾਰੀ ਹੁੰਦਾ, ਦੂਜੀ ਵਾਰੀ ਧੋਖਾ ਨਹੀਂ, ਦੂਜੀ ਵਾਰੀ ਅਸੀਂ ਗਲਤੀ ਕਵਾਂਗੇ। ਮਜੀਠੀਆ ਵੱਲੋਂ ਸੀਐਮ ਮਾਨ ਤੇ ਲਾਏ ਦੋਸ਼ ਕਾਫੀ ਗੰਭੀਰ ਸਾਬਤ ਹੋਏ ਨੇ, ਪਰ ਦੇਖਣ ਵਾਲੀ ਗੱਲ ਇਹ ਹੈ ਕਿ ਮਜੀਠੀਆ ਦੇ ਇਸ ਬਿਆਨ ਤੇ ਸੀਐਮ ਮਾਨ ਦਾ ਕੀ ਪ੍ਰਤੀਕਰਮ ਸਾਹਮਣੇ ਆਉਂਦਾ ਹੈ? ਬੀਤੇ ਦਿਨ ਕਾਂਗਰਸ ਦੇ ਸੀਨੀਅਰ ਲੀਡਰ ਰਾਹੁਲ ਗਾਂਧੀ ਵੱਲੋਂ ਲੁਧਿਆਣਾ ਵਿਖੇ ਰਾਜਾ ਵੜਿੰਗ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਸੀ। ਇਸ ਮੌਕੇ ਪੰਜਾਬ ਕਾਂਗਰਸ ਦੀ ਇੱਕ ਵੱਡੀ ਲੀਡਰਸ਼ਿਪ ਉੱਥੇ ਮੌਜੂਦ ਸੀ। ਇਸ ਰੈਲੀ ਵਿੱਚ ਸ਼ਾਮਿਲ ਹੋਣ ਆਏ ਲੁਧਿਆਣਾ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਤੇ ਸ੍ਰੀ ਰਾਮ ਚੰਦਰ ਤੇ ਮਾੜੀ ਟਿੱਪਣੀ ਕਹਿਣ ਦੇ ਵੀ ਦੋਸ਼ ਲੱਗੇ ਸਨ। ਹੁਣ ਇਸ ਤੇ ਸਿਮਰਜੀਤ ਬੈਂਸ ਵੱਲੋਂ ਆਪਣਾ ਪ੍ਰਤੀਕਰਮ ਲੋਕਾਂ ਸਾਹਮਣੇ ਰੱਖਿਆ ਗਿਆ ਹੈ। ਬੀਤੇ ਦਿਨ ਰਾਹੁਲ ਗਾਂਧੀ ਵੱਲੋਂ ਲੁਧਿਆਣਾ ਵਿਖੇ ਵੱਡੀ ਰੈਲੀ ਕੀਤੀ ਗਈ ਸੀ। ਇਸ ਰੈਲੀ ਵਿੱਚ ਪੰਜਾਬ ਕਾਂਗਰਸ ਦੀ ਵੱਡੀ ਲੀਡਰਸ਼ਿਪ ਵੀ ਮੌਜੂਦ ਰਹੀ। ਇਸ ਰੈਲੀ 'ਚ ਸ਼ਾਮਿਲ ਹੋਣ ਆਏ ਸਿਮਰਨਜੀਤ ਸਿੰਘ ਬੈਂਸ ਤੇ ਸ਼੍ਰੀ ਰਾਮ ਚੰਦਰ ਤੇ ਮਾੜੀ ਟਿੱਪਣੀ ਕਰਨ ਦੇ ਇਲਜ਼ਾਮ ਲੱਗੇ ਸੀ, ਜਿਸ ਤੋਂ ਉਹਨਾਂ ਨੇ ਆਪਣਾ ਪ੍ਰਤੀਕਰਮ ਸਾਂਝਾ ਕਰਦੇ ਹੋਏ ਕਿਹਾ ਕਿ ਜੋ ਮੇਰੇ ਵੱਲੋਂ ਗੱਲ ਕਹੀ ਨਹੀਂ ਗਈ ਉਸ ਤੇ ਵਿਰੋਧੀ ਪਾਰਟੀਆਂ ਹੁਣ ਜਾਣਬੁੱਝ ਕੇ ਸਿਆਸੀ ਲਾਗ ਲੈਣ ਲਈ ਦੋਸ਼ ਮੇਰੇ ਤੇ ਮੜ ਰਹੀਆਂ ਨੇ। ਸਿਆਸੀ ਪਾਰਟੀਆਂ ਧਰਮ ਦੇ ਨਾਂ ਤੇ ਝੂਠ ਬੋਲ ਕੇ ਰਾਜਨੀਤਿਕ ਫਾਇਦਾ ਲੈਣ ਦੀ ਫਿਰਾਕ 'ਚ ਹੈ। ਕੱਲ ਤੋਂ ਬੜਾ ਜ਼ਬਰਦਸਤ ਇੱਕ ਉਹ ਗੱਲ ਜਿਹੜੀ ਮੈਂ ਬੋਲੀ ਨਹੀਂ ਹੈਗੀ, ਉਹਦੇ ਤੇ ਫੋਕਸ ਕਰਨ ਦਾ ਕੁਝ ਲੋਕ ਯਤਨ ਕਰ ਰਹੇ ਆ ਰਾਜਨੀਤਿਕ ਫਾਇਦਾ ਲੈਣ ਲਈ। ਮੈਂ ਇਹ ਗੱਲ ਕਹਿ ਦਵਾਂ ਕਿ ਕੱਲ ਜਦੋਂ ਮੈਂ ਰਾਹੁਲ ਗਾਂਧੀ ਜੀ ਹੋਰਾਂ ਦੀ ਰੈਲੀ ਦੇ ਵਿੱਚ ਖੁਦ ਬੱਸ ਚਲਾ ਕੇ ਜਾ ਰਿਹਾ ਸੀ ਤੇ ਉਹ ਸ਼ਬਦ ਜਿਹੜੇ ਮੈਂ ਨਹੀਂ ਬੋਲੇ, ਉਹ ਗੱਲਾਂ ਜਿਹੜੀਆਂ ਮੈਂ ਨਹੀਂ ਕਹੀਆਂ, ਬਿਨਾਂ ਤਸਦੀਕ ਕੀਤੇ,
ਬਿਨਾਂ ਪੜਚੋਲ ਕੀਤੇ ਮੇਰੇ ਉੱਤੇ ਮੜ ਦਿੱਤਾ ਗਿਆ ਵੀ ਬੈਂਸ ਬੋਲ ਰਿਹਾ ਹੈ। ਮੈਨੂੰ ਦੁੱਖ ਤੇ ਅਫਸੋਸ ਹੋਇਆ। ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਸਿਮਰਜੀਤ ਬੈਂਸ ਪੱਕਾ ਸ਼ਰਧਾਲੂ ਔਰ ਮੇਰੀ ਇਸ ਗੱਲ ਦੀ ਤਸਦੀਕ ਲੁਧਿਆਣੇ ਦੇ ਜਿਹੜੇ ਪੱਕੇ ਸਨਾਤਨੀ ਲੋਕ ਹੈਗੇ ਉਹ ਕਰਨਗੇ ਵੀ। ਇਹ ਠੀਕ ਆ, ਬੱਸ ਦੇ ਅੰਦਰ ਦੋਸਤ ਜਿਹੜੇ ਸਵਾਰ ਹੈਗੇ ਉਹਨਾਂ ਚੋਂ ਦੋਸਤ ਨੇ ਗੱਲ ਬੋਲੀ ਗਲਤ ਹੈਗੀ ਆ, ਅਸੀਂ ਉਦੋਂ ਵੀ ਕਿਹਾ ਅੱਜ ਵੀ ਕਹਿੰਦੇ ਹਾਂ ਤੇ ਮੈਂ ਮਾਫ਼ੀ ਵੀ ਇਸ ਗੱਲ ਦੀ ਮੰਗਦਾ। ਪਰ ਜਿਹੜੀ ਗੱਲ ਮੈਂ ਬੋਲੀ ਨਹੀਂ ਤੁਸੀਂ ਉਹ ਗੱਲ ਤੂਲ ਫੜਾਉਣ ਦਾ ਯਤਨ ਕਰੋ, ਇੱਥੋਂ ਤੱਕ ਕਿ ਤੁਸੀਂ ਮੀਡੀਆ ਤੇ ਅਖਬਾਰਾਂ ਦੇ ਵਿੱਚ ਖਬਰਾਂ ਵੀ ਲਵਾਓ। ਇਹ ਰਾਜਨੀਤਿਕ ਲੋਕ ਜਿਹੜੇ ਸਾਫ਼ ਹੋ ਚੁੱਕੇ ਆ, ਜਿਨ੍ਹਾਂ ਨੂੰ ਪਤਾ ਕਿ ਹਾਰ ਸਾਹਮਣੇ ਆ, ਸੋ ਹਤਾਸ਼ ਹੋ ਕੇ ਗੱਲਾਂ ਬੋਲ ਰਹੇ ਆ। ਮੈਂ ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰੂੰਗਾ, ਝੂਠ ਬੋਲਣ ਵਾਲੇ ਅਤੇ ਮਕਾਰ ਲੋਕਾਂ ਨੂੰ ਸਮੱਤ ਬਖਸ਼ਿਸ਼ ਕਰਨ ਔਰ ਭਲਾ ਕਰਨ ਉਹਨਾਂ ਦਾ ਵੀ। ਅਤੇ ਅਪੀਲ ਅਤੇ ਬੇਨਤੀ ਹੈ, ਜਿਹੜੇ ਲੋਕ ਬੇਬੁਨਿਆਦ ਗੱਲਾਂ ਝੂਠੀਆਂ ਗੱਲਾਂ ਕਰ ਰਹੇ, ਕਿਰਪਾ ਕਰਕੇ ਪਹਿਲਾਂ ਜਾ ਕੇ ਆਵਾਜ਼ ਤਸਦੀਕ ਕਰਾ ਲਓ ਵੀ ਉਹ ਸਿਮਰਜੀਤ ਬੈਂਸ ਬੋਲ ਰਿਹਾ। ਹਰ ਗੱਲ ਤੁਸੀਂ ਫੋਬੀਆ ਬੈਂਸ ਦਾ ਹੋ ਗਿਆ, ਸੌਣ ਲੱਗੇ ਵੀ ਬੈਂਸ, ਜਾਗਣ ਲੱਗੇ ਵੀ ਬੈਂਸ। ਸੋ ਮੈਂ ਫਿਰ ਕਹੂੰਗਾ ਸੈਂਸਿਟਿਵ ਇਸ਼ੂ, ਤੁਸੀਂ ਦੂਜੀਆਂ ਗੱਲਾਂ ਬੋਲਣੀਆਂ ਬੋਲਦੇ ਜਾਓ, ਧਾਰਮਿਕ ਸੈਂਸਿਟਿਵ ਇਸ਼ੂ ਦੇ ਉੱਤੇ ਐਡਾ ਵੱਡਾ ਕੁਫਰ ਝੂਠ ਬੋਲ ਰਹੇ ਹੋ ਤੁਸੀਂ। ਸੋ ਮੈਂ ਸਾਰੇ ਲੋਕਾਂ ਨੂੰ ਅਪੀਲ ਕਰੂੰਗਾ, ਕਿਰਪਾ ਕਰਕੇ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਸੋ ਅਸੀਂ ਸਾਰੇ ਧਰਮਾਂ ਦਾ ਰਿਸਪੈਕਟ ਕਰਨ ਵਾਲੇ ਲੋਕ ਹੈਗੇ ਹਾਂ, ਕਿਰਪਾ ਕਰਕੇ ਗਲਤ ਬਿਆਨਬਾਜ਼ੀ ਗਲਤ ਗੱਲਾਂ ਨਾ ਕਰੋ, ਚੋਣਾਂ ਦਾ ਮਾਹੌਲ ਆ। ਸੋ ਆਪਾਂ ਪੀਸਫੁਲ ਤਰੀਕੇ ਦੇ ਨਾਲ ਇਹ ਸੰਪੰਨ ਕਰੀਏ ਚੋਣਾਂ ਦੇ ਮਾਹੌਲ ਨੂੰ। ਪੰਜਾਬ 'ਚ 1 ਜੂਨ ਨੂੰ ਹੋਣ ਜਾ ਰਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਪਾਰਾ ਲਗਾਤਾਰ ਵਾਧਾ ਦਿਖਾਈ ਦੇ ਰਿਹਾ। ਹੁਣ ਦੇਖਣਾ ਹੋਵੇਗਾ ਕਿ ਐਤਕੀ ਪੰਜਾਬ ਦੀ ਜਨਤਾ ਲੁਧਿਆਣਾ ਤੋਂ ਕਿਸ ਉਮੀਦਵਾਰ ਨੂੰ ਪਾਰਲੀਮੈਂਟ ਦੀਆਂ ਪੌੜੀਆਂ ਚੜਾਉਂਦੀ ਹੈ। 1 ਜੂਨ ਨੂੰ ਪੰਜਾਬ ਦੇ ਵਿੱਚ ਲੋਕ ਸਭਾ ਲਈ ਵੋਟਾਂ ਹੋਣ ਜਾ ਰਹੀਆਂ ਨੇ, ਜਿਸ ਤੋਂ ਬਾਅਦ ਚੋਣ ਅਖਾੜਾ ਭਖਦਾ ਹੋਇਆ ਵਿਖਾਈ ਦੇ ਰਿਹਾ ਹੈ ਤੇ ਅੱਜ 6 ਵਜੇ ਤੋਂ ਬਾਅਦ ਚੋਣ ਪ੍ਰਚਾਰ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੌਰਾਨ ਹੀ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਅੱਜ ਅਨੰਦਪੁਰ ਸਾਹਿਬ ਪਹੁੰਚੇ ਤੇ ਉਹਨਾਂ ਦੇ ਵੱਲੋਂ ਬੀਜੇਪੀ ਦੇ ਲੋਕ ਸਭਾ ਉਮੀਦਵਾਰ ਸੁਭਾਸ਼ ਸ਼ਰਮਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਤੇ ਨਾਲ ਹੀ ਉਹਨਾਂ ਨੇ ਕਾਂਗਰਸ ਨੂੰ ਵੀ ਆੜੇ ਹੱਥੀ ਲਿਆ। ਪੰਜਾਬ 'ਚ ਚੋਣ ਪ੍ਰਚਾਰ ਦੇ ਆਖਰੀ ਦਿਨ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਚੋਣ ਰੈਲੀ ਨੂੰ ਸੰਬੋਧਨ ਕੀਤਾ ਹੈ। ਯੋਗੀ ਆਦਿੱਤਿਆਨਾਥ ਨੇ ਕਿਹਾ ਕਿ ਕਾਂਗਰਸ ਦੀ ਸਰਕਾਰ ਵੇਲੇ ਦੇਸ਼ ਦੀਆਂ ਸਰਹੱਦਾਂ ਸੁਰੱਖਿਅਤ ਨਹੀਂ ਸਨ, ਪਾਕਿਸਤਾਨ ਤੋਂ ਆਤੰਕਵਾਦੀ ਦੀ ਘੁਸਪੈਠ ਹੋ ਰਹੀ ਸੀ, ਦੇਸ਼ ਭਰ 'ਚ ਬੰਬ ਧਮਾਕੇ ਹੁੰਦੇ ਸਨ। ਕਾਂਗਰਸ ਦੀ ਸਰਕਾਰ ਆਤੰਕਵਾਦੀਆਂ ਤੇ ਕਾਰਵਾਈ ਦੀ ਥਾਂ ਇਹ ਸਭ ਸਰਹੱਦ ਪਾਰ ਤੋਂ ਹੋ ਰਿਹਾ ਕਹਿ ਕੇ ਪੱਲਾ ਝਾੜ ਲੈਂਦੀ ਸੀ। ਹੁਣ ਮੋਦੀ ਦੀ ਸਰਕਾਰ ਵੇਲੇ ਕਿਸੇ ਦੁਸ਼ਮਣ ਦੀ ਦੇਸ਼ ਵੱਲ ਅੱਕ ਚੁੱਕਣ ਦੀ ਹਿੰਮਤ ਨਹੀਂ ਹੈ। ਆਤੰਕਵਾਦ ਦਾ ਸਫਾਇਆ ਕਰ ਦਿੱਤਾ ਗਿਆ, ਹੁਣ ਕਿਤੇ ਆਤਿਸ਼ਬਾਜ਼ੀ ਦਾ ਪਟਾਖਾ ਵੀ ਫੜਦਾ ਹੈ ਤਾਂ ਪਾਕਿਸਤਾਨ ਸਫਾਈ ਦਿੰਦਾ ਹੈ ਕਿ ਇਸ 'ਚ ਮੇਰਾ ਹੱਥ ਨਹੀਂ ਹੈ। देश के अलग अलग कोनों में विस्फोट होते थे, हम कहते थे आतंकवाद से निपटो, तो कांग्रेस नेतृत्व की सरकार कहती थी कि आतंकवाद तो सीमा पार से है। बैरल भाइयों, सीमा पार के आतंकवाद के सामने घुटना टेकने वाली कांग्रेस नेतृत्व की सरकार आज इसको जनता जनार्दन के सामने जाने का कोई अधिकार नहीं है। आपने देखा होगा मोदी जी के नेतृत्व में 10 वर्षों में आतंकवाद समाप्त हुआ। अब तो कहीं आतिशबाजी भी आप करते होंगे, तो बहनों भाइयों,
आतिशबाजी करते समय अगर पटाखा जोर से फट जाए तो पाकिस्तान पहले सफाई देता, कहता साहब मेरा हाथ नहीं है, क्योंकि इसे मालूम है ये नया भारत है, छेड़ेगा नहीं, लेकिन अगर कोई छेड़ेगा तो उसको छोड़ेगा भी नहीं। पंजाब विच करीब एक महीने तो चल रहा चोन प्रचार अज शाम ठीक 6 बजे बंद हो जाएगा। हर एक पार्टी वालों चोन प्रचार च कोई कमी नहीं छड़ी गई। हुण 1 जून नू वोटां पैनियां हन अते इन्हां दे नतीजे 4 जून नू ऐलाने जाणगे। हुण देखना होवेगा कि हर एक पार्टी वालों अपने चोन प्रचार च कीते गए वादे 4 जून तो बाद पूरे हुंदे ने कि नहीं। ਪੰਜਾਬ ਸਣੇ ਦਿੱਲੀ, ਹਰਿਆਣਾ ਤੇ ਉੱਤਰ ਪੂਰਬ ਦੇ ਕਈ ਰਾਜਾਂ ਵਿੱਚ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦੇ ਵੱਟ ਕੱਢ ਦਿੱਤੇ ਨੇ। ਹਾਲਾਤ ਇੰਨੇ ਖਰਾਬ ਹੋ ਗਏ ਨੇ ਕਿ ਦੇਸ਼ ਦੇ 140 ਤੋਂ ਵੱਧ ਸ਼ਹਿਰਾਂ ਵਿੱਚ ਦਿਨ ਦੇ ਮੁਕਾਬਲੇ ਰਾਤ ਦਾ ਤਾਪਮਾਨ 60% ਜ਼ਿਆਦਾ ਹੈ, ਜਿਸ ਕਾਰਨ ਮੌਸਮ ਵਿਭਾਗ ਦੇ ਨਾਲ ਨਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਲਗਾਤਾਰ ਚੇਤਾਵਨੀਆਂ ਜਾਰੀ ਕੀਤੀਆਂ ਜਾ ਰਹੀਆਂ ਨੇ। ਮੌਸਮ ਵਿਭਾਗ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਪੂਰੇ ਉੱਤਰ ਭਾਰਤ, ਪੱਛਮ, ਦੱਖਣ ਅਤੇ ਉੱਤਰ ਪੂਰਬ ਦੇ ਕੁਝ ਰਾਜਾਂ ਵਿੱਚ 2 ਜੂਨ ਤੱਕ ਤਾਪਮਾਨ ਹੋਰ ਵੱਧ ਜਾਵੇਗਾ, ਜਿਸ ਕਾਰਨ 2 ਜੂਨ ਤੱਕ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਦੱਸ ਦਈਏ ਕਿ ਪੰਜਾਬ, ਦਿੱਲੀ, ਹਰਿਆਣਾ ਅਤੇ ਕਈ ਰਾਜਾਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਜ਼ਿਆਦਾ ਬਣਿਆ ਹੋਇਆ, ਜਿਸ ਕਾਰਨ ਪੂਰਬੀ ਮੱਧ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰ ਪ੍ਰਦੇਸ਼ ਅਤੇ ਬਿਹਾਰ, ਝਾਰਖੰਡ ਦੇ ਕਈ ਇਲਾਕਿਆਂ ਵਿੱਚ ਅਗਲੇ ਕੁਝ ਦਿਨਾਂ ਤੱਕ ਤੇਜ਼ ਗਰਮੀ ਦੀ ਲਹਿਰ ਜਾਰੀ ਰਹਿਣ ਵਾਲੀ ਹੈ। ਇਸ ਲਈ ਲੋਕਾਂ ਨੂੰ ਹੁਣ ਤੋਂ ਹੀ ਸਾਵਧਾਨ ਰਹਿਣਾ ਚਾਹੀਦਾ ਹੈ। ਡਾਕਟਰ ਸਾਹਿਬ, ਜਿਸ ਤਰ੍ਹਾਂ ਦੇ ਨਾਲ ਗਰਮੀ ਦਾ ਕਾਫੀ ਵਾਧਾ ਹੋ ਰਿਹਾ ਹੈ, ਟੈਂਪਰੇਚਰ ਵੀ ਲਗਾਤਾਰ ਵੱਧ ਰਿਹਾ ਹੈ, ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ? ਜੀ, ਅਸੀਂ ਪਿਛਲੇ ਦਿਨਾਂ ਤੋਂ ਦੇਖ ਰਹੇ ਹਾਂ ਕਿ ਜਿਹੜੀਆਂ ਕਾਫੀ ਸਵੀਅਰ ਹੀਟ ਵੇਵ ਕੰਡੀਸ਼ਨ ਰੀਜਨ ਦੇ ਵਿੱਚ ਚੱਲ ਰਹੀਆਂ ਨੇ। 15 ਮਈ ਤੋਂ ਲੈ ਕੇ ਲਗਾਤਾਰ ਟੈਂਪਰੇਚਰ 40°C ਤੋਂ ਉੱਪਰ ਚੱਲ ਰਿਹਾ ਹੈਗਾ, ਔਰ ਉਹਦੇ ਨਾਲ ਨਾਲ ਡੇ ਟਾਈਮ ਦੇ ਨਾਲ ਨਾਲ ਨਾਈਟ ਟਾਈਮ ਟੈਂਪਰੇਚਰ ਵੀ ਕਾਫੀ ਨਾਰਮਲ ਤੋਂ ਉੱਪਰ ਅਬਜ਼ਰਵ ਕੀਤਾ ਜਾ ਰਿਹਾ। ਜਿਵੇਂ ਕੱਲ੍ਹ ਦਾ ਡੇ ਟਾਈਮ ਟੈਂਪਰੇਚਰ 43.6°C ਲੁਧਿਆਣਾ ਦੇ ਵਿੱਚ ਰਿਕਾਰਡ ਕੀਤਾ ਗਿਆ, ਜਦੋਂ ਕਿ ਕੱਲ੍ਹ ਦਾ ਨਾਰਮਲ ਡੇ ਟਾਈਮ ਟੈਂਪਰੇਚਰ 39.6°C ਸੀ। ਸੋ ਇਹ 6°C ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ। ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 32°C ਰਿਕਾਰਡ ਕੀਤਾ ਗਿਆ, ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 23.9°C ਹੈ। ਸੋ ਇਹ ਲਗਭਗ 8.1°C ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ, ਔਰ ਇਹ 32°C ਅੱਜ ਦਾ ਜੋ ਮਿਨੀਮਮ ਟੈਂਪਰੇਚਰ ਰਿਕਾਰਡ ਕੀਤਾ ਗਿਆ, ਇਹ 1970 ਤੋਂ ਲੈ ਕੇ ਹੁਣ ਤੱਕ ਦਾ 30 ਮਈ ਦਾ ਹਾਈਐਸਟ ਜਿਹੜਾ ਨਾਈਟ ਟਾਈਮ ਟੈਂਪਰੇਚਰ ਅਬਜ਼ਰਵ ਕੀਤਾ ਗਿਆ ਜੀ। ਔਰ ਇਸੇ ਤਰ੍ਹਾਂ ਕੱਲ ਜੋ 43.6°C ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ, ਉਹ ਵੀ 1970 ਤੋਂ ਲੈ ਕੇ ਹੁਣ ਤੱਕ ਦਾ ਹਾਈਐਸਟ 29 ਮਈ ਦਾ ਡੇ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ। ਸੋ ਕਾਫੀ ਜਿਹੜੇ ਨਾਰਮਲ ਤੋਂ ਉੱਪਰ ਟੈਂਪਰੇਚਰ ਚੱਲ ਰਿਹਾ ਹੈਗਾ। ਆਉਣ ਵਾਲੇ ਦਿਨਾਂ ਦੇ ਵਿੱਚ 30 ਔਰ 31 ਤਰੀਕ ਵਾਸਤੇ IMD ਵੱਲੋਂ ਔਰੇਂਜ ਅਲਰਟ ਜਾਰੀ ਕੀਤਾ ਗਿਆ, ਔਰ 1 ਤਰੀਕ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ। ਉਹਦੇ ਤੋਂ ਬਾਅਦ ਕੰਡੀਸ਼ਨ ਕੁਛ ਇੰਪਰੂਵ ਹੋਣ ਦੀ ਪ੍ਰੀਡਿਕਸ਼ਨ ਹੈ, ਬਟ ਬਾਰਿਸ਼ ਦੀ ਹਲੇ ਕੋਈ ਪ੍ਰੀਡਿਕਸ਼ਨ ਨਹੀਂ ਹੈ ਜੀ। ਤੇ ਡਾਕਟਰ ਸਾਹਿਬ, ਜਿਸ ਤਰ੍ਹਾਂ ਦੇ ਨਾਲ ਹਰਿਆਣਾ ਦੇ ਵਿੱਚ ਥੋੜਾ ਜਿਹਾ ਮੌਸਮ ਬਦਲਿਆ ਹੈ, ਤੇ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਕਦੋਂ ਕੁ ਸੰਭਾਵਨਾ ਹੈਗੀ ਹੈ ਕਿ ਥੋੜੀ ਜਿਹੀ ਗਰਮੀ ਤੋਂ ਰਾਹਤ ਮਿਲੇਗੀ? ਜੀ, ਪੰਜਾਬ ਦੇ ਵਿੱਚ ਕੱਲ ਤੱਕ ਰੈਡ ਅਲਰਟ ਜਾਰੀ ਸੀ, ਔਰ ਅੱਜ ਔਰ ਕੱਲ 30 ਔਰ 31 ਤਰੀਕ ਔਰੇਂਜ ਅਲਰਟ ਹੈ, 1 ਨੂੰ ਯੈਲੋ ਅਲਰਟ ਹੈ। ਸੋ ਹੁਣ ਅਸੀਂ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਆਉਣ ਵਾਲੇ 2-3 ਦਿਨਾਂ ਦੇ ਵਿੱਚ ਕੰਡੀਸ਼ਨਸ ਕੁਝ ਇੰਪਰੂਵ ਹੋ ਜਾਣਗੇ ਜੀ। ਤੇ ਮੌਨਸੂਨ ਨੂੰ ਲੈ ਕੇ ਕੀ ਕੁਝ ਅਪਡੇਟ ਹੈਗੀ ਹੈ ਜੀ, ਕਦੋਂ ਕੁ ਤੱਕ ਦੱਸ ਸਕਦੇ ਹੋ? ਫਿਲਹਾਲ ਬਾਰਿਸ਼ ਦੀ ਕੋਈ ਪ੍ਰੀਡਿਕਸ਼ਨ ਨਹੀਂ ਹੈ, ਬਟ ਮੌਨਸੂਨ ਦੀ ਜੇ ਗੱਲ ਕਰੀਏ ਤਾਂ ਮੌਨਸੂਨ ਨਾਰਮਲ ਟਾਈਮ ਤੇ ਹੀ ਐਕਸਪੈਕਟਡ ਹੈ, ਕਿਉਂਕਿ ਅੱਜ ਕੱਲ੍ਹ ਦੇ ਵਿੱਚ ਕੇਰਲਾ ਪੋਸਟ ਤੇ ਐਕਸਪੈਕਟਡ ਹੈ,
ਕੰਡੀਸ਼ਨਸ ਬੜੀਆਂ ਫੇਵਰੇਬਲ ਬਣੀਆਂ ਹੋਈਆਂ ਨੇ ਔਰ ਨਾਰਥ ਦੇ ਵਿੱਚ ਕਿਉਂਕਿ ਟੈਂਪਰੇਚਰ ਕਾਫੀ ਹਾਈ ਅੱਜ ਕੱਲ੍ਹ ਚੱਲ ਰਿਹਾ ਜਿਵੇਂ ਆਪਾਂ ਦੇਖ ਰਹੇ ਹਾਂ ਹੀਟ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਨੇ ਸੋ ਜਦੋਂ ਹਾਈ ਟੈਂਪਰੇਚਰ ਹੁੰਦੇ ਨੇ ਤਾਂ ਉਹ ਮੌਨਸੂਨ ਦੀ ਆਮਦ ਵਾਸਤੇ ਫੇਵਰੇਬਲ ਹੁੰਦੇ ਨੇ ਕਿਉਂਕਿ ਲੋ ਪ੍ਰੈਸ਼ਰ ਏਰੀਆ ਦੀ ਡਿਵੈਲਪਮੈਂਟ ਬੜੀ ਅੱਛੀ ਹੋ ਜਾਂਦੀ ਹੈ ਸੋ ਅਸੀਂ ਇਹੀ ਐਕਸਪੈਕਟ ਕਰ ਰਹੇ ਹਾਂ ਕਿ ਟਾਈਮਲੀ ਜਿਹੜੀ ਮੌਨਸੂਨ ਦੀ ਆਮਦ ਇਸ ਵਾਰੀ ਹੋ ਜਾਏਗੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਓਕੇ ਜੀ ਦੱਸ ਦਈਏ ਕਿ ਮੌਸਮ ਵਿਭਾਗ ਵੱਲੋਂ ਹੀਟ ਵੇਵ ਤੋਂ ਬਚਾਉਣ ਵਾਸਤੇ ਉਪਾਅ ਵੀ ਦੱਸੇ ਗਏ ਨੇ ਹੁਣ ਇਸ ਨੂੰ ਲੈ ਕੇ ਮੌਸਮ ਵਿਭਾਗ ਨੇ ਦੁਪਹਿਰ 12 ਵਜੇ ਤੋਂ ਸ਼ਾਮੀ 3 ਵਜੇ ਤੱਕ ਤੇਜ਼ ਧੁੱਪ ਵਿੱਚ ਬਾਹਰ ਜਾਣ ਤੋਂ ਗੁਰੇਜ਼ ਕਰਨ ਲਈ ਕਿਹਾ ਗਰਮੀਆਂ ਵਿੱਚ ਹਲਕੇ ਰੰਗ ਦੇ ਢਿੱਲੇ ਟਾਲੇ ਅਤੇ ਸੂਤੀ ਕੱਪੜੇ ਪਾਓ ਧੁੱਪ ਵਿੱਚ ਨਿਕਲਦੇ ਸਮੇਂ ਸਿਰ ਢੱਕ ਕੇ ਰੱਖੋ ਇਸ ਦੇ ਲਈ ਕੱਪੜੇ ਟੋਪੀ ਜਾਂ ਛਾਤੇ ਦੀ ਲੋੜ ਹੋਵੇਗੀ ਪਾਣੀ ਨੂੰ ਉਚਿਤ ਅਤੇ ਨਿਯਮਿਤ ਅੰਤਰਗਤ ਤੇ ਪੀਂਦੇ ਰਹੋ ਯਾਤਰਾ ਦੌਰਾਨ ਰੋਜ਼ਾਨਾ ਆਪਣੇ ਨਾਲ ਪਾਣੀ ਵੀ ਰੱਖੋ ਆਪਣੇ ਆਪ ਨੂੰ ਹਾਈਡਰੇਟ ਰੱਖਣ ਲਈ ਘਰੇਲੂ ਪੀਣ ਵਾਲੇ ਪਦਾਰਥ ਜਿਵੇਂ ਕਿ ORS ਕੋਲ ਨਾਰੀਅਲ ਪਾਣੀ ਲਸ ਨਿੰਬੂ ਪਾਣੀ ਆਦਿ ਦੀ ਵਰਤੋਂ ਕਰੋ ਅੱਜ ਦੇ ਪੰਜਾਬ ਨਿਊਜ਼ ਬੁਲੇਟਿਨ ਵਿੱਚ ਬਸ ਇੰਨਾ ਹੀ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਂਦੇ ਹਾਂ ਮੁੱਖ ਹੈਡਲਾਈਨਸ ਤੇ ਸੰਗਰੂਰ 'ਚ ਰੋਡ ਸ਼ੋਅ ਕਰਨ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਤੇ ਕੇਜਰੀਵਾਲ ਭਾਜਪਾ ਸਰਕਾਰ ਤੇ ਸਾਦੇ ਜੰਮ ਕੇ ਨਿਸ਼ਾਨੇ ਪੰਜਾਬ ਫੇਰੀ ਤੇ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਖਰੀ ਰੈਲੀ ਨੂੰ ਹੁਸ਼ਿਆਰਪੁਰ 'ਚ ਕੀਤਾ ਸੰਬੋਧਨ ਸਰਦੂਲਗੜ੍ਹ 'ਚ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ਵਿਸ਼ਾਲ ਰੈਲੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਮੰਗੀਆਂ ਵੋਟਾਂ ਸੁਖਪਾਲ ਖਹਿਰਾ ਨੇ ਪੰਜਾਬ ਸਰਕਾਰ ਤੇ ਸਾਦੇ ਨਿਸ਼ਾਨੇ ਕਿਹਾ ਸੋਸ਼ਲ ਮੀਡੀਆ ਵਟਸਐਪ ਕਰ ਦਿੱਤੀ ਗਈ ਹੈ ਬੰਦ ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ੍ਹ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖ਼ਬਰਾਂ ਦੇ ਨਾਲ ਧੰਨਵਾਦ